ਅਸੀਂ ਚੀਨ ਨਹੀਂ ਕਦੀ ਗਏ ਪਰ ਚੀਨ ਦਾ ਨਿਊਡਲ ਅਸੀਂ ਇੱਥੇ ਖਾ ਰਹੇ ਹਾਂ ਅਤੇ ਸਾਨੂੰ ਪਤਾ ਹੈ ਵੀ ਚਾਈਨੀਜ਼ ਹੈ ਹੈ ਨਾ। ਅਸੀਂ ਇਟਲੀ ਨਹੀਂ ਗਏ ਪਰ ਸਾਨੂੰ ਪਤਾ ਹੈ ਅਸੀਂ ਇੱਥੇ ਪਿੱਜ਼ਾ ਖਾ ਰਹੇ ਹਾਂ। ਯਾਨੀ ਕਿ ਇੱਕ ਫਿਲੋਸਫੀ ਹੈ ਵੀ ਤੁਸੀਂ ਕਿਸੇ ਦੇਸ਼ 'ਚ ਨਾ ਜਾਓ ਪਰ ਦੇਸ਼ ਦਾ ਖਾਣਾ ਤੁਹਾਡੇ ਤੱਕ ਜ਼ਰੂਰ ਆ ਜਾਂਦਾ। ਅਤੇ ਉਸੇ ਤਰ੍ਹਾਂ ਫੈਸ਼ਨ ਦੇ ਵਿੱਚ ਵੀ ਇਹ ਹੈ ਵੀ ਪਹਿਰਾਵਾ ਵੀ ਆ ਜਾਂਦਾ ਅਤੇ ਸੁਭਾਵਿਕ ਹੈ ਜੇ ਅੰਗਰੇਜ਼ ਆਏ ਹਾਂ ਤਾਂ ਉਹਨਾਂ ਦਾ ਪ੍ਰਭਾਵ ਵੀ ਸਾਡੇ 'ਤੇ ਆ ਗਿਆ। ਜਦੋਂ ਆਪਾਂ ਪਹਿਰਾਵੇ ਦੀ ਗੱਲ ਕਰਦੇ ਹਾਂ ਜਿਵੇਂ ਤੁਸੀਂ ਮੇਜ਼ ਦੀ ਗੱਲ ਕੀਤੀ ਉਹਨੂੰ ਥੋੜ੍ਹਾ ਹੋਰ ਵਿਸਤਾਰ ਦਿਓ ਕਿ ਜਦੋਂ ਵੈਸਟਰਨ ਪੋਸ਼ਾਕਾਂ ਸਾਡੀ ਜ਼ਿੰਦਗੀ 'ਚ ਆਈਆਂ ਤਾਂ ਉਹਦੇ ਨਾਲ ਸਾਡੇ ਘਰਾਂ 'ਚ ਤਬਦੀਲੀਆਂ ਕਿੱਥੇ ਕਿੱਥੇ ਆਈਆਂ। ਮਤਲਬ ਸਾਡੇ ਡਰਾਇੰਗ ਰੂਮ ਬੈਠਕ ਦੇ ਵਿੱਚ ਸਾਡੇ ਮਤਲਬ ਡਾਇਨਿੰਗ ਰੂਮ ਉਸ ਤਰ੍ਹਾਂ ਤਾਂ ਹੁੰਦੇ ਨਹੀਂ ਸੀ ਪਰ ਡਾਇਨਿੰਗ ਰੂਮ ਵੀ ਆਉਣੇ ਸ਼ੁਰੂ ਹੋ ਗਏ। ਮਤਲਬ ਜਿਹੜਾ ਅੱਜ 3 BHK ਜਿਹਨੂੰ ਕਹਿ ਦਿੰਦੇ ਆ, ਮਤਲਬ ਇਹ ਜਿਹੜਾ ਘਰ ਦਾ ਇੱਕ ਕੋਨਸੈਪਟ ਹੈ ਇਹਦਾ ਟੋਟਲੀ ਉਸੇ ਤੋਂ ਹੀ ਆਇਆ ਹੋਇਆ ਜਾਂ ਉਸੇ ਤੋਂ ਬਣਿਆ ਹੋਇਆ ਲੱਗਦਾ ਆ ਜੀ। ਬਿਲਕੁਲ, ਮੈਨੂੰ ਯਾਦ ਹੈ ਕਿ ਮੇਰੀ ਨਾਨੀ ਜੀ ਜੋ ਜਿਹੜੇ ਸਾਡੇ ਨਾਲ ਰਹਿੰਦੇ ਸੀਗੇ ਉਹ ਹਮੇਸ਼ਾ ਮੈਨੂੰ ਨਾ ਮੈਨੂੰ ਬੜੀਆਂ ਪੁਰਾਣੀਆਂ ਕਹਾਣੀਆਂ ਸੁਣਨ ਦਾ ਬਹੁਤ ਸ਼ੌਕ ਸੀਗਾ। ਐਕਚੁਅਲ ਕਿ ਕੀ ਹੁੰਦਾ ਸੀ, ਕੀ ਕਰਦੇ ਸੀਗੇ, ਉਹ ਹਮੇਸ਼ਾ ਕਹਿੰਦੇ ਸੀਗੇ ਕਿ ਆਹ ਤਾਂ ਕੁਰਸੀਆਂ ਹੁਣ ਐਵੇਂ ਹੀ ਆ ਗਈਆਂ, ਅਸੀਂ ਤਾਂ ਨੀਚੇ ਬੈਠਦੇ ਹੁੰਦੇ ਸੀਗੇ ਤਾਂ ਉਹ ਗੱਦਾ ਵਿਛਾ ਦਿੰਦੇ ਸੀ ਉਹਦੇ 'ਤੇ ਸਾਰਾ ਕੁਛ, ਉਹਦੇ 'ਤੇ ਇੱਕ ਕਹਿ ਲਓ ਜਿਹਦੇ 'ਚ ਮਲਟੀਪਰਪਸ ਰੂਮ ਕਹਿ ਲਓ, ਜਿਹਦੇ ਵਿੱਚ ਐਂਟਰਟੇਨਿੰਗ ਵੀ ਸੀ, ਡਾਇਨਿੰਗ ਰੂਮ ਵੀ ਸੀਗਾ, ਸੌਂਦੇ ਵੀ ਉੱਥੇ ਸੀਗੇ ਔਰ ਕੁਛ ਬੈਡਸ ਹੁੰਦੇ ਸੀਗੇ ਪਰ ਜ਼ਿਆਦਾਤਰ ਆਮ ਤੌਰ ਲੋਕ ਨੀਚੇ ਹੀ ਸੌਂਦੇ ਸੀਗੇ, ਨੀਚੇ ਹੀ ਬੈਠਦੇ ਸੀ, ਨੀਚੇ ਹੀ ਉਹ ਕਰਦੇ ਸੀ। ਉਹ ਜਿਵੇਂ ਮੈਂ ਪਹਿਲਾਂ ਮੈਨਸ਼ਨ ਕੀਤਾ ਸੀ ਇਹ ਹੋਇਆ ਐਵੇਂ ਕਿ ਜਦੋਂ ਲੋਕ ਟਰਾਊਜ਼ਰਸ ਪੈਂਟ ਪਾਉਣੀ ਸ਼ੁਰੂ ਕਰਤੀ ਉਹਨਾਂ ਨੇ, ਪੈਂਟ ਪਾ ਕੇ ਜਦੋਂ ਤਾਈਂ ਤਾਂ ਉਹ ਨੀਚੇ ਬੈਠਦੇ ਸੀਗੇ, ਉਹ ਪਜਾਮਾ ਪਾ ਕੇ ਨੀਚੇ ਬੈਠਦੇ ਸੀਗੇ, ਜਦੋਂ ਉਹਨਾਂ ਨੇ ਪੈਂਟ ਪਾਉਣੀ ਸ਼ੁਰੂ ਕੀਤੀ ਪੈਂਟ ਦੇ ਨਾਲ ਨੀਚੇ ਬੈਠਣਾ ਥੋੜ੍ਹਾ ਮੁਸ਼ਕਿਲ ਸੀਗਾ। ਸੋ ਉਹਨਾਂ ਨੇ ਆਪਣੇ ਘਰ ਵਿੱਚ ਸੋਫਾ ਜਾਂ ਕੁਰਸੀਆਂ ਲੈ ਆਏ, ਫਿਰ ਹੌਲੀ ਹੌਲੀ ਕਰਕੇ ਉਹ ਸਾਰੇ ਘਰ ਵਿੱਚ ਆ ਗਈਆਂ, ਤਾਂ ਡਾਇਨਿੰਗ ਟੇਬਲ ਕੁਰਸੀ ਆ ਗਈ, ਜਿਵੇਂ ਮੇਜ਼ ਆਏ ਉਹਦੇ 'ਤੇ ਨਾਲ ਜ਼ਾਹਿਰ ਆ ਕਿ ਮੇਜ਼ ਪੋਸ਼ ਵੀ ਆਉਣੇ ਸੀਗੇ, ਮੇਜ਼ ਪੋਸ਼ ਆਉਣੇ ਸੀ ਤਾਂ ਮੇਜ਼ ਪੋਸ਼ ਦੇ ਨਾਲ ਕਿਉਂਕਿ ਇੰਨੀਆਂ ਜ਼ਿਆਦਾ ਚੀਜ਼ਾਂ ਅਵੇਲੇਬਿਲਿਟੀ, ਜਿਵੇਂ ਆਪਾਂ ਹੁਣ ਅੱਜ ਦੁਕਾਨ ਵਿੱਚ ਸੋਚੀਏ ਕਿ ਮੈਂ ਜਾ ਕੇ ਚੀਜ਼ਾਂ ਖਰੀਦਣੀਆਂ, ਉਹ ਜਾ ਕੇ ਆਪਾਂ 50 ਚੀਜ਼ਾਂ ਖਰੀਦ ਕੇ ਲਿਆ ਸਕਦੇ ਹਾਂ, ਪਰ ਉਸ ਟਾਈਮ ਤੁਸੀਂ ਇਮੈਜਿਨ ਕਰੋ ਅਰਲੀ 20th century, ਉਦੋਂ ਇੰਨੀ ਅਵੇਲੇਬਿਲਿਟੀ ਚੀਜ਼ਾਂ ਦੀ ਨਹੀਂ ਸੀਗੀ ਕਿ ਕੱਪੜਾ ਮਿਲਦਾ ਸੀ ਟੂ ਸਮ ਐਕਸਟੈਂਟ, ਮਿਲਮੇਡ ਕੱਪੜਾ ਵੀ ਮਿਲਣਾ ਸ਼ੁਰੂ ਹੋ ਗਿਆ, ਪਰ ਇਹ ਨਹੀਂ ਕਿ ਮੇਜ਼ ਪੋਸ਼ ਹੈ, ਟਿਕੋਜ਼ੀ ਹੈ, ਨੈਪਕਿਨ ਹੈ, ਇਹ ਸਾਰੀਆਂ ਚੀਜ਼ਾਂ ਵੀ ਬ੍ਰਿਟਿਸ਼ਰਸ ਨਾਲ ਆਈਆਂ। ਸੋ ਉਸ ਦੇ ਨਾਲ ਇਹ ਹੋਇਆ ਕਿ ਜਿਹੜੀਆਂ ਲੇਡੀਜ਼ ਸੀਗੀਆਂ ਉਹ ਬੈਠ ਕੇ ਉਹਨਾਂ ਨੂੰ ਕਢਾਈਆਂ ਕਰਦੀਆਂ ਸੀਗੀਆਂ, ਕਿਉਂਕਿ ਇਹ ਵੈਸਟਰਨ ਕੋਨਸੈਪਟ ਸੀਗਾ ਮੇਜ਼ ਪੋਸ਼ ਦਾ, ਨੈਪਕਿਨਸ ਦਾ, ਹੈਂਕੀਜ਼ ਦਾ। ਸੋ ਕਢਾਈਆਂ ਵੀ ਉਸੇ ਤੋਂ ਹੀ ਆਈਆਂ, ਤੋ ਉਹ ਕਢਾਈਆਂ ਕੀ ਕਹਿ ਲਓ ਯੂਰੋਪੀਅਨ ਇਨਫਲੂਐਂਸ ਕਢਾਈਆਂ, ਯੂਰੋਪੀਅਨ ਸਟਾਈਲ ਕਢਾਈਆਂ ਕਹਿ ਲਓ, ਜਿਵੇਂ ਤੁਸੀਂ ਸੁਣਿਆ ਹੋਣਾ ਦਸੂਤੀ ਭਰਵੀ, ਦਸੂਤੀ ਵਾਜ਼ ਕ੍ਰੋਸ ਸਟਿਚ ਐਮਬਰੋਇਡਰੀ। ਮੈਂ ਇਹ ਵੀ ਨਹੀਂ ਕਹੂੰਗੀ ਕਿ ਇਹ ਸਟਿਚ ਵੀ ਬਾਹਰੋਂ ਆਇਆ, ਕਿਉਂਕਿ ਸਟਿਚਸ ਤਾਂ ਹੋਣੇ ਆ ਇੱਥੇ, ਇੰਡੀਜਨਸ ਵੀ ਹੋਣੇ ਆ ਸਟਿਚਸ, ਪਰ ਮੋਟਿਵਸ, ਡਿਜ਼ਾਈਨਸ, ਰੋਜ਼ਿਸ, ਬੰਚਸ ਆਫ ਰੋਜ਼ਿਸ, ਬੂਕੇਸ, ਇਹ ਸਭ ਚੀਜ਼ਾਂ ਜਿਹੜੀਆਂ ਲੇਡੀਜ਼ ਨੇ ਮੇਜ਼ ਪੋਸ਼ ਵਗੈਰਾ 'ਤੇ ਕਢਾਈਆਂ ਕਰਨੀਆਂ ਸ਼ੁਰੂ ਕੀਤੀਆਂ। ਉਹਨਾਂ ਹੋਇਆ ਇਹ ਵੀ ਕਿ ਕਿਉਂਕਿ ਮੈਗਜ਼ੀਨਸ ਵੀ ਆਉਣੀਆਂ ਸ਼ੁਰੂ ਹੋ ਗਈਆਂ ਔਰ ਇੱਕ ਆਇਰਨ ਔਨ ਟ੍ਰਾਂਸਫਰਸ ਹੁੰਦੇ ਸੀਗੇ ਜਿਹਦੇ ਵਿੱਚ ਇੱਕ ਪਤਲਾ ਪੇਪਰ ਕਹਿ ਲਓ ਉਹਦੇ 'ਤੇ ਡਿਜ਼ਾਈਨ ਦਾ, ਉਹ ਹਾਲੇ ਵੀ ਸ਼ਾਇਦ ਮਿਲਦੇ ਹੋਣਗੇ, ਡਿਜ਼ਾਈਨ ਬਣਿਆ ਹੁੰਦਾ ਸੀ ਔਰ ਉਹਨੂੰ ਪ੍ਰੈਸ ਦੇ ਨਾਲ ਉਹਨੂੰ ਗਰਮ ਕਰਕੇ ਪ੍ਰੈਸ ਕਰੋ ਤਾਂ ਉਹਦੀ ਛਾਪ ਪੈ ਜਾਂਦੀ ਸੀ ਕੱਪੜੇ ਉੱਤੇ। ਉਹ ਤਾਂ ਸੀ ਕਿਉਂਕਿ ਇੱਕ ਇੰਕ ਨਾ ਵਿਦ ਵੈਰੀ ਲੋ
ਮੈਲਟਿੰਗ ਪੁਆਇੰਟ ਉਹ ਸੀਗੀ ਉਹਦੇ 'ਤੇ ਬਣਾਈ ਗਈ। ਤਾਂ ਇਹ ਕੌਨਸੈਪਟ 1870s ਵਿੱਚ ਡਿਵੈਲਪ ਹੋਇਆ ਇਨ ਦ ਟੂ ਫੇਮਸ ਜਿਹੜੇ ਆਇਰਨ ਔਨ ਟ੍ਰਾਂਸਫਰਸੀ ਡਾਈਟਨ ਔਰ ਇਹ ਇੰਡੀਆ 'ਚ ਬਹੁਤ ਪੈਮਾਨੇ 'ਤੇ ਮਿਲਣਾ ਸ਼ੁਰੂ ਹੋ ਗਿਆ। ਧਾਗੇ ਵੀ ਉੱਥੋਂ ਆਉਂਦੇ ਸੀ ਔਰ ਧਾਗਿਆਂ ਦੇ ਨਾਲ ਨੰਬਰ ਵੀ ਹੁੰਦਾ ਸੀ ਕਿ ਫਲਾਨੇ ਫਲਾਨੇ ਡਿਜ਼ਾਈਨ 'ਤੇ ਫਲਾਨਾ ਫਲਾਨਾ ਨੰਬਰ ਯੂਜ਼ ਕਰੋ। ਸੋ ਉਹਨਾਂ ਦਾ ਰੰਗ ਵੀ ਉਹ ਜਿਹੜਾ ਟੋਟਲੀ ਵੈਸਟਰਨ ਕੌਨਸੈਪਟ ਡਿਵੈਲਪ ਹੋ ਗਿਆ।